ਲਓ ਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਰਫ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਜਿਹੜੇ ਓਪਨ ਸਕੂਲ ਦੇ ਵਿਦਿਆਰਥੀ ਨੇ 10ਵੀਂ ਤੇ 12ਵੀਂ ਦੇ ਉਹਨਾਂ ਦੀ ਜਿਹੜੇ ਟਰਮ 1 ਦੀ ਪ੍ਰੀਖਿਆ ਉਹ ਨਹੀਂ ਹੋਵੇਗੀ ਠੀਕ ਹੈ ਜੀ ਇਹ ਐਲਾਨ ਹੋ ਚੁੱਕਿਆ ਹੈ ਬਈ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਆ ਚੁੱਕਿਆ ਹੈ ਬਾ ਤੁਸੀਂ ਵੀ ਚੈੱਕ ਆਊਟ ਕਰ ਸਕਦੇ ਹੋ ਤਾਂ ਦੋਸਤੋ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀ 10ਵੀਂ ਤੇ 12ਵੀਂ ਦੇ ਵਿਦਿਆਰਥੀ ਜਿਹੜੇ ਹੈਗੇ ਆ ਓਪਨ ਸਕੂਲ ਦੇ ਠੀਕ ਹੈ ਤਾਂ ਉਹਨਾਂ ਦੇ ਕਮੈਂਟ ਆ ਰਹੇ ਸੀ ਕਿ ਸਰ ਸਾਡੇ ਟਰਮ 1 ਦੇ ਪੇਪਰ ਹੋਣਗੇ ਕਿ ਨਹੀਂ ਹੋਣਗੇ ਤਾਂ ਦੋਸਤੋ ਆਫੀਸ਼ੀਅਲੀ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਟਰਮ 1 ਦੀ ਪ੍ਰੀਖਿਆ ਨਹੀਂ ਹੋਏਗੀ ਠੀਕ ਹੈ ਜੀ ਤਾਂ ਦੋਸਤੋ ਇਹਦੇ ਵਿੱਚ ਦੇਖ ਸਕਦੇ ਹੋ ਕੇਵਲ ਓਪਨ ਸਕੂਲ ਕੈਟਾਗਰੀ ਅਧੀਨ ਠੀਕ ਹੈ ਸੈਸ਼ਨ 2021 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਮਾਪੇ ਅਧਿਆਨ ਕੇਂਦਰ ਦੇ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਓਪਨ ਸਕੂਲ ਦੀ ਪ੍ਰੀਖਿਆ ਸਾਲਾਨਾ ਪ੍ਰੀਖਿਆ ਪ੍ਰਣਾਲੀ ਅਨੁਸਾਰ ਲਈ ਜਾਣੀ ਹੈ ਇਹਨਾਂ ਵਿਦਿਆਰਥੀਆਂ ਦੀ ਟਰਮਵਾਂ ਦੀ ਪ੍ਰੀਖਿਆ ਨਹੀਂ ਹੋਣੀ ਆਏਗੀ ਠੀਕ ਹੈ ਜੀ ਤਾਂ ਦੋਸਤੋ ਸਾਲਾਨਾ ਪ੍ਰੀਖਿਆ ਮਤਲਬ ਜਿਹੜੇ ਤੁਹਾਡੇ ਮਾਰਚ ਅਪ੍ਰੈਲ ਦੇ ਵਿੱਚ ਪੇਪਰ ਹੋਣੇ ਆ ਸਬਜੈਕਟਿਵ ਟਾਈਪ ਠੀਕ ਹੈ ਜੀ ਐਮਸੀਕਿਊ ਵਾਲੇ ਨਹੀਂ ਨਾਰਮਲ ਜਿਵੇਂ ਤੁਸੀਂ ਦਿਨੇ ਹੋ ਪੇਪਰ ਉਸ ਤਰ੍ਹਾਂ ਦੇ ਪੇਪਰ ਹੀ ਤੁਹਾਡੇ ਹੋਣਗੇ ਠੀਕ ਹੈ ਤੇ ਉਸ ਤੋਂ ਹੁਣ ਇਹ ਤੁਹਾਨੂੰ ਕਲੀਅਰ ਕਰ ਦਿੱਤਾ ਗਿਆ ਵਾ ਇੱਥੇ ਕੀ ਜਿਹੜੇ ਤੁਹਾਡੇ ਓਪਨ ਸਕੂਲ ਦੇ ਟਰਮਵਾਂ ਦੀ ਪ੍ਰੀਖਿਆ ਨਹੀਂ ਹੋਏਗੀ ਠੀਕ ਹੈ ਜੀ ਤੇ ਇਹਨਾਂ ਨੇ ਦੱਸ ਦਿੱਤਾ ਵਾ ਕਿ ਜਿਹੜੇ ਤੁਹਾਡੀ ਸਾਲਾਨਾ ਪ੍ਰੀਖਿਆ ਹੋਏਗੀ ਅਪ੍ਰੈਲ ਮਾਰਚ ਦੇ ਵਿੱਚ ਉਹਦੇ ਵਿੱਚ ਹੀ ਤੁਹਾਡੇ ਓਪਨ ਸਕੂਲ ਦੇ ਪੇਪਰ ਹੋ ਠੀਕ ਹੈ ਜੀ ਜਿਹੜੇ ਆਪਣੇ ਗਵਰਨਮੈਂਟ ਸਕੂਲ ਜਾਂ ਪ੍ਰਾਈਵੇਟ ਸਕੂਲ ਜਾਂ ਐਡਿਟ ਸਕੂਲ ਦੇ ਵਿੱਚ ਪੜਦੇ ਆ ਰੋਜ਼ ਸਕੂਲ ਜਾਂਦੇ ਆ ਤਾਂ ਉਹਨਾਂ ਦੇ 400 400 400 ਜੀ ਹਾਂਜੀ ਹੁਣ ਯਾਦ ਕਰ ਲਓ ਇਹ WhatsApp ਨੰਬਰ ਫਿਰ ਚਾਹੇ ਤੁਹਾਡਾ ਸਵਾਲ ਹੋਵੇ ਮੈਥ ਦਾ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਹੁਣ ਤੁਹਾਡੇ ਸਾਰੇ ਡਾਊਟ ਕੁਐਸਚਨ ਦਾ ਸੋਲੂਸ਼ਨ ਮਿਲੇਗਾ ਸਿੱਧਾ WhatsApp ਤੇ ਬਸ ਤੁਸੀਂ ਆਪਣੇ ਫੋਨ ਦੇ ਵਿੱਚ doubt not ਦਾ 8400400 WhatsApp ਨੰਬਰ ਸੇਵ ਕਰਨਾ ਹੈ ਤੇ ਚੈਟ ਓਪਨ ਕਰਨੀ ਹੈ ਤੇ ਜਿਹੜਾ ਵੀ ਤੁਹਾਡਾ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰਨਾ ਹੈ ਤੇ ਉਸ ਨੂੰ ਕ੍ਰੋਪ ਕਰਨਾ ਹੈ ਤੇ ਤੁਰੰਤ ਤੁਹਾਡਾ 5 ਸੈਕਿੰਡ ਦੇ ਅੰਦਰ ਵੀਡੀਓ ਸੋਲੂਸ਼ਨ ਆ ਜਾਏ ক্লাস 6ਵੀਂ ਤੋਂ 12ਵੀਂ IIT JEE NEET CBSE ਬੋਰਡ ਜਾਂ ਫਿਰ ਕਿਸੇ ਵੀ ਸਟੈਂਡਰਡ ਫਿਰ ਦੇਰੀ ਕਿਸ ਗੱਲ ਦੇ ਵਿੱਚ ਹਜੇ ਜਾਓ 8400400 ਤੇ ਤੇ ਆਪਣਾ ਸਵਾਲ WhatsApp ਕਰੋ ਤੇ ਸਾਰੇ ਡਾਊਟਸ ਨੂੰ ਆਊਟ ਕਰੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਚਲੋ ਦੋਸਤੋ ਹੋਣ ਗਈ ਹੋਣਗੇ ਠੀਕ ਹੈ ਨਾਨ ਬੋਰਡ ਕਲਾਸਿਸ ਦੇ 9 ਤਰੀਕ ਤੋਂ ਸ਼ੁਰੂ ਨੇ ਤੇ ਦੂਸਰੇ ਆਪਣੇ ਬੋਰਡ ਦੇ ਕਲਾਸਾਂ ਨੇ ਜਿਹੜੀਆਂ ਉਹਨਾਂ ਦੇ 13 ਤਰੀਕ ਤੋਂ ਠੀਕ ਹੈ ਜੀ ਤਾਂ ਦੋਸਤੋ ਆਹੀ ਦੱਸਣਾ ਸੀਗਾ ਠੀਕ ਹੈ ਜੀ ਤਾਂ ਇਹ ਵਿਦਿਆਰਥੀ ਜਿਹੜੇ ਓਪਨ ਸਕੂਲ ਵਾਲੇ ਹੈਗੇ ਆ ਇਹਨਾਂ ਦਾ ਇਗਜ਼ਾਮ ਨਹੀਂ ਹੋਣੀ ਟਰਮ ਉਹਨਾਂ ਦੇ ਤੁਹਾਡੇ ਸਿੱਧਾ ਮਾਰਚ ਦੇ ਵਿੱਚ ਹੀ ਹੋਣਗੇ ਓਕੇ ਦੋਸਤੋ ਚਲੋ ਬਾਕੀ ਕੋਈ ਫਰਦਰ ਅਪਡੇਟ ਆਂਦੀ ਆ ਤੁਹਾਡੇ ਟਰਮ ਉਹਨਾਂ ਦੇ ਪੇਪਰਾਂ ਬਾਰੇ ਜਿਨ੍ਹਾਂ ਦੇ ਰੋਲ ਨੰਬਰ ਹਜੇ ਆਇਆ ਨਹੀਂ ਬੋਰਡ ਦੇ ਤਾਂ ਉਹਨਾਂ ਦੇ ਬਾਰੇ ਵਿੱਚ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂਗੇ ਓਕੇ ਦੋਸਤੋ ਚਲੋ ਠੀਕ ਹੈ ਚੰਗਾ ਸਸਟਰੀਕ